ਜੋ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਪੰਜਾਬ ਦੇ ਵਿੱਚ ਰੈਂਕ ਨੰਬਰ 1 ਆਇਆ ਹੈਗਾ ਥਾਣਾ ਕੀਰਤਪੁਰ ਸਾਹਿਬ ਦਾ, ਜ਼ਿਲ੍ਹਾ ਰੂਪਨਗਰ ਦਾ, ਅਤੇ ਆਲ ਓਵਰ ਇੰਡੀਆ ਦੇ ਵਿੱਚ 8ਵਾਂ ਰੈਂਕ ਆਇਆ। ਸੋ ਇਹ ਬਹੁਤ, ਮੈਂ ਸਮਝਦਾ ਕਿ ਬਹੁਤ ਬੜੀ ਉਪਲੱਬਧੀ ਹੈਗੀ ਹੈ। ਇਹਦੇ ਵਿੱਚ ਖਾਸ ਕਰ ਯੋਗਦਾਨ ਹੈਗਾ DGP ਸਾਹਿਬ ਅਤੇ SSP ਸਾਡੇ ਗੁਰਲੀਤ ਸਿੰਘ ਖੁਰਾਣਾ ਸਰ ਦਾ, ਅਤੇ ਸਾਡੇ DSP ਅਨੰਦਪੁਰ ਸਾਹਿਬ ਜੀ ਦਾ, ਅਤੇ ਸਾਡੀ ਸਾਰੀ ਟੀਮ ਜੋ ਥਾਣੇ ਦੀ ਹੈਗੀ ਹੈ, ਸਾਰਾ ਟੀਮ ਵਰਕ ਕੀਤਾ ਜਿਨ੍ਹਾਂ ਨੇ, ਅਤੇ ਇਹਨਾਂ ਮਿਹਨਤ ਨਾਲ ਕੰਮ ਕੀਤਾ ਹੈਗਾ ਜੋ ਇਹ ਮੁਕਾਮ ਹਾਸਲ ਕੀਤਾ ਹੈ। ਇਹਦੇ ਵਿੱਚ ਅਲੱਗ ਅਲੱਗ ਪੈਰਾਮੀਟਰ ਸੈੱਟ ਕੀਤੇ ਹੋਏ ਸੀਗੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਜਿਵੇਂ ਕਿ ਥਾਣੇ ਦੀ ਸਾਫ਼ ਸਫਾਈ, ਜੋ ਕੰਪਲੇਂਟਸ ਆਉਂਦੀਆਂ ਹੈਗੀਆਂ ਉਹਨਾਂ ਦਾ ਨਿਪਟਾਰਾ ਕਿੱਦਾਂ ਕੀਤਾ ਜਾਂਦਾ ਹੈ, ਲੋਕਾਂ ਨੂੰ ਕੀ ਸੁਵਿਧਾ ਦਿੱਤੀ ਜਾਂਦੀ ਹੈਗੀ ਹੈ ਇੱਥੇ, ਕੀ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ, ਅਤੇ ਜਿਹੜੀ ਪੈਂਡਿੰਗ ਕੰਪਲੇਂਟਸ ਹੈਗੀਆਂ ਉਹ ਡਿਸਪੋਜ਼ਲ ਉਹਦੀ ਕਿੰਨੀ ਜਲਦੀ ਕੀਤੀ ਜਾਂਦੀ ਹੈਗੀ ਹੈ ਅਤੇ ਕਿੰਨੀ ਇਫੈਕਟਿਵਲੀ ਕੀਤੀ ਜਾਂਦੀ ਹੈ, ਲੋਕਾਂ ਦੀ ਸੈਟਿਸਫੈਕਸ਼ਨ ਕਿੰਨੀ ਹੁੰਦੀ ਹੈ। ਅਤੇ ਉਸਦੇ ਇਲਾਵਾ ਆਪਾਂ ਉਸਦੇ ਇਲਾਵਾ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਚਲਾਉਂਦੇ ਹੈਗੇ ਹੈ ਕਿ ਅਵੇਅਰਨੈਸ ਡਰਾਈਵਸ, ਜਿਵੇਂ ਨਸ਼ਿਆਂ ਦੇ ਖਿਲਾਫ਼ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ। ਅਤੇ ਉਸਦੇ ਇਲਾਵਾ ਆਪਾਂ ਟਰੀਜ਼ ਪਲਾਂਟ ਕਰਨਾ, ਪਲਾਂਟੇਸ਼ਨ ਸੰਬੰਧੀ ਉਹ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਇਹ ਕਈ ਅਲੱਗ ਅਲੱਗ ਪੈਰਾਮੀਟਰ ਸੀਗੇ। ਸੋ ਉਹਦੇ ਵਿੱਚ ਪਲੱਸ ਰਿਕਾਰਡ ਕੀਪਿੰਗ ਹੋ ਗਈ ਥਾਣੇ ਦੀ, ਮੁਨਸ਼ੀ ਦਾ ਰਿਕਾਰਡ ਹੋ ਗਿਆ, ਇਹ ਕਈ ਚੀਜ਼ਾਂ ਹੁੰਦੀਆਂ। ਅਤੇ ਉਹਦੇ ਵਿੱਚ ਜੋ ਥਾਣਾ ਕੀਰਤਪੁਰ ਸਾਹਿਬ ਨੂੰ ਪਹਿਲਾ ਰੈਂਕ ਮਿਲਿਆ ਹੈਗਾ ਪੰਜਾਬ ਦੇ ਵਿੱਚ, ਇਹ ਬੜੀ ਗਰਵ ਦੀ ਗੱਲ ਹੈਗੀ ਹੈ, ਨਾ ਕੇਵਲ ਕੀਰਤਪੁਰ ਸਾਹਿਬ ਲਈ ਪਰ ਪੂਰੇ ਪੰਜਾਬ ਲਈ ਅਤੇ ਸਾਰੇ ਪੰਜਾਬੀਆਂ ਲਈ, ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜ਼ਰੂਰਤ ਹੈਗੀ, ਚੀਜ਼ਾਂ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਪੁਲਿਸ ਨੂੰ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੋਟੀਵੇਸ਼ਨ ਮਿਲਦੀ ਕਿ ਅਸੀਂ ਹੋਰ ਵੱਧ ਚੜ੍ਹ ਕੇ ਕੰਮ ਕਰੀਏ। ਜੋ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਪੰਜਾਬ ਦੇ ਵਿੱਚ ਰੈਂਕ ਨੰਬਰ 1 ਆਇਆ ਹੈਗਾ ਥਾਣਾ ਕੀਰਤਪੁਰ ਸਾਹਿਬ ਦਾ, ਜ਼ਿਲ੍ਹਾ ਰੂਪਨਗਰ ਦਾ, ਅਤੇ ਆਲ ਓਵਰ ਇੰਡੀਆ ਦੇ ਵਿੱਚ 8ਵਾਂ ਰੈਂਕ ਆਇਆ। ਸੋ ਇਹ ਬਹੁਤ, ਮੈਂ ਸਮਝਦਾ ਕਿ ਬਹੁਤ ਬੜੀ ਉਪਲੱਬਧੀ ਹੈਗੀ ਹੈ। ਇਹਦੇ ਵਿੱਚ ਖਾਸ ਕਰ ਯੋਗਦਾਨ ਹੈਗਾ DGP ਸਾਹਿਬ ਅਤੇ SSP ਸਾਡੇ ਗੁਰਲੀਤ ਸਿੰਘ ਖੁਰਾਣਾ ਸਰ ਦਾ, ਅਤੇ ਸਾਡੇ DSP ਅਨੰਦਪੁਰ ਸਾਹਿਬ ਜੀ ਦਾ, ਅਤੇ ਸਾਡੀ ਸਾਰੀ ਟੀਮ ਜੋ ਥਾਣੇ ਦੀ ਹੈਗੀ ਹੈ, ਸਾਰਾ ਟੀਮ ਵਰਕ ਕੀਤਾ ਜਿਨ੍ਹਾਂ ਨੇ, ਅਤੇ ਇਹਨਾਂ ਮਿਹਨਤ ਨਾਲ ਕੰਮ ਕੀਤਾ ਹੈਗਾ ਜੋ ਇਹ ਮੁਕਾਮ ਹਾਸਲ ਕੀਤਾ ਹੈ। ਇਹਦੇ ਵਿੱਚ ਅਲੱਗ ਅਲੱਗ ਪੈਰਾਮੀਟਰ ਸੈੱਟ ਕੀਤੇ ਹੋਏ ਸੀਗੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਜਿਵੇਂ ਕਿ ਥਾਣੇ ਦੀ ਸਾਫ਼ ਸਫਾਈ, ਜੋ ਕੰਪਲੇਂਟਸ ਆਉਂਦੀਆਂ ਹੈਗੀਆਂ ਉਹਨਾਂ ਦਾ ਨਿਪਟਾਰਾ ਕਿੱਦਾਂ ਕੀਤਾ ਜਾਂਦਾ ਹੈ, ਲੋਕਾਂ ਨੂੰ ਕੀ ਸੁਵਿਧਾ ਦਿੱਤੀ ਜਾਂਦੀ ਹੈਗੀ ਇੱਥੇ, ਕੀ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ, ਅਤੇ ਜਿਹੜੀ ਪੈਂਡਿੰਗ ਕੰਪਲੇਂਟਸ ਹੈਗੀਆਂ ਉਹ ਡਿਸਪੋਜ਼ਲ ਉਹਦੀ ਕਿੰਨੀ ਜਲਦੀ ਕੀਤੀ ਜਾਂਦੀ ਹੈਗੀ ਹੈ ਅਤੇ ਕਿੰਨੀ ਇਫੈਕਟਿਵਲੀ ਕੀਤੀ ਜਾਂਦੀ ਹੈ, ਲੋਕਾਂ ਦੀ ਸੈਟਿਸਫੈਕਸ਼ਨ ਕਿੰਨੀ ਹੁੰਦੀ ਹੈ। ਅਤੇ ਉਸਦੇ ਇਲਾਵਾ ਆਪਾਂ ਉਸਦੇ ਇਲਾਵਾ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਚਲਾਉਂਦੇ ਹੈਗੇ ਹੈ ਕਿ ਅਵੇਅਰਨੈਸ ਡਰਾਈਵਸ, ਜਿਵੇਂ ਨਸ਼ਿਆਂ ਦੇ ਖਿਲਾਫ਼ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ। ਅਤੇ ਉਸਦੇ ਇਲਾਵਾ ਆਪਾਂ ਟਰੀਜ਼ ਪਲਾਂਟ ਕਰਨਾ, ਪਲਾਂਟੇਸ਼ਨ ਸੰਬੰਧੀ ਉਹ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਇਹ ਕਈ ਅਲੱਗ ਅਲੱਗ ਪੈਰਾਮੀਟਰ ਸੀਗੇ। ਸੋ ਉਹਦੇ ਵਿੱਚ ਪਲੱਸ ਰਿਕਾਰਡ ਕੀਪਿੰਗ ਹੋ ਗਈ ਥਾਣੇ ਦੀ, ਮੁਨਸ਼ੀ ਦਾ ਰਿਕਾਰਡ ਹੋ ਗਿਆ, ਇਹ ਕਈ ਚੀਜ਼ਾਂ ਹੁੰਦੀਆਂ। ਅਤੇ ਉਹਦੇ ਵਿੱਚ ਜੋ ਥਾਣਾ ਕੀਰਤਪੁਰ ਸਾਹਿਬ ਨੂੰ ਪਹਿਲਾ ਰੈਂਕ ਮਿਲਿਆ ਹੈਗਾ ਪੰਜਾਬ ਦੇ ਵਿੱਚ, ਇਹ ਬੜੀ ਗਰਵ ਦੀ ਗੱਲ ਹੈਗੀ ਹੈ, ਨਾ ਕੇਵਲ ਕੀਰਤਪੁਰ ਸਾਹਿਬ ਲਈ ਪਰ ਪੂਰੇ ਪੰਜਾਬ ਲਈ ਅਤੇ ਸਾਰੇ ਪੰਜਾਬੀਆਂ ਲਈ, ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜ਼ਰੂਰਤ ਹੈਗੀ, ਚੀਜ਼ਾਂ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਪੁਲਿਸ ਨੂੰ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੋਟੀਵੇਸ਼ਨ ਮਿਲਦੀ ਕਿ ਅਸੀਂ ਹੋਰ ਵੱਧ ਚੜ੍ਹ ਕੇ ਕੰਮ ਕਰੀਏ।